ਦੋਸਤੋ, ਇਹ ਹੈ ਬੈਂਚਨਾਬਾਦ। ਬੈਂਚਨਾਬਾਦ ਕਵਣ ਨੂੰ ਤਾਂ ਤਹਿਸੀਲ ਹੈ, ਔਰ ਇਹਦਾ ਵਗਦਾ ਪਾਣੀ ਵੇਖ ਕੇ ਤੁਸੀਂ ਇਹ ਵੀ ਅੰਦਾਜ਼ਾ ਲਾ ਲਿਆ ਹੋਣਾ ਹੈ ਕਿ ਇੱਥੋਂ ਦੇ ਲੋਕ ਖੇਤੀਬਾੜੀ ਦੇ ਨਾਲ ਜੁੜੇ ਹੋਏ ਹਨ। ਪਰ ਨਾ ਤਾਂ ਇੱਥੋਂ ਦਾ ਕੋਈ ਸਿਆਸਤਦਾਨ ਇੰਨਾ ਮਸ਼ਹੂਰ ਹੋਇਆ ਜੋ ਇਸ ਸ਼ਹਿਰ ਦਾ ਹਵਾਲਾ ਬਣ ਸਕੇ, ਅਤੇ ਨਾ ਕੋਈ ਐਸਾ ਕਿਸਾਨ ਜਿਸ ਨੇ ਜ਼ਰਾਤ ਦੇ ਵਿੱਚ ਕੋਈ ਵੱਡਾ ਕੰਮ ਕੀਤਾ ਹੋਵੇ। ਬੈਂਚਨਾਬਾਦ ਬਹਾਵਲ ਨਗਰ ਜ਼ਿਲ੍ਹੇ ਤੋਂ 35 ਕਿਲੋਮੀਟਰ ਦਿਨ ਚੜ੍ਹਦੇ ਦੇ ਪਾਸੇ, ਅਤੇ ਹੈੜ ਸੁਲੇਮਾਨ ਕੀ ਤੋਂ ਦਿਨ ਲੰਘਦੇ ਦੇ ਪਾਸੇ 45 ਕਿਲੋਮੀਟਰ ਦੂਰ ਆਬਾਦ ਇੱਕ ਤਹਿਸੀਲ ਹੈ। ਇਸ ਦੀ ਆਬਾਦੀ ਭਾਵੇਂ 5 ਲੱਖ ਤੋਂ ਟੱਪ ਗਈ ਹੈ, ਪਰ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਹੈ, ਇਹਦੀ ਮਸ਼ਹੂਰੀ ਦਾ ਕੋਈ ਹਵਾਲਾ ਸਾਨੂੰ ਨਹੀਂ ਮਿਲਦਾ। ਪਰ ਇਹਦਾ ਇੱਕ ਹਵਾਲਾ ਉਹਨਾਂ ਜਿਹੜੇ ਪੁਰਾਣੀਆਂ ਬਿਲਡਿੰਗਸ, ਪੁਰਾਣੇ ਆਰਕੀਟੈਕਟ ਦੇ ਨਮੂਨਿਆਂ ਔਰ ਸਾਰੇ ਕਦੀਮਾਂ ਦੇ ਨਾਲ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਹੈ। ਉਹ ਇਹ ਹੈ ਇੱਥੋਂ ਦਾ ਨਾਗਰ ਮਹਿਲ। ਨਾਗਰ ਮਹਿਲ ਜਿਸ ਵੀ ਵੇਖਿਆ ਉਹ ਹੈਰਾਨ ਰਹਿ ਗਿਆ ਕਿ ਇਹ ਨਾਗਰ ਮਹਿਲ ਨਾ ਤਾਂ ਕਿਸੇ ਬਾਦਸ਼ਾਹ ਬਣਵਾਇਆ, ਨਾ ਕਿਸੇ ਰਾਜੇ ਮਹਾਰਾਜੇ, ਬਲਕਿ ਇੱਕ ਆਮ ਅਗਰਵਾਲ ਫੈਮਿਲੀ ਜਿਹੜੀ ਉੱਥੋਂ ਦੀ ਜ਼ਰਾਤ ਦੇ ਨਾਲ ਤਲਕ ਰੱਖਦੀ ਸੀ, ਔਰ ਉਹਨਾਂ ਦਾ ਬਿਜ਼ਨਸ ਵੀ ਤਕਰੀਬਨ ਦੱਸਿਆ ਜਾਂਦਾ ਹੈ ਕਿ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਫੈਲਿਆ ਹੋਇਆ ਸੀ। ਇਹ ਬਿਲਡਿੰਗ ਉਹਨਾਂ ਨੇ ਬਣਾਈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਬਿਲਡਿੰਗ, ਅਤੇ ਇਸ ਬਾਰੇ ਦੱਸਦੇ ਜਾਈਏ ਕਿ ਇਹ ਬਿਲਡਿੰਗ 1925 ਦੇ ਵਿੱਚ ਦੋ ਬਿਰਾਵਾਂ ਨੇ ਸ਼ੁਰੂ ਕੀਤੀ। ਇੱਕ ਦਾ ਨਾਂ ਸੇਠ ਨਾਗਰਮਲ ਸੀ, ਅਤੇ ਦੂਜੇ ਦਾ ਭਜਨ ਲਾਲ, ਔਰ ਅਗਰਵਾਲ ਕਬੀਲੇ ਦੇ ਲੋਕ ਸਨ। ਔਰ ਇਹਨਾਂ ਦਾ ਬਿਜ਼ਨਸ, ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ, ਜ਼ਰਾਤ ਸੀ। ਜ਼ਰਾਤ ਦੇ ਨਾਲ ਨਾਲ ਬਾਕੀ ਇਹਨਾਂ ਦਾ ਬਿਜ਼ਨਸ ਜਿਹੜਾ ਸੀ ਉਹ ਪੂਰੀ ਦੁਨੀਆ ਦੇ ਵਿੱਚ, ਕਈ ਮੁਲਕਾਂ ਦੇ ਵਿੱਚ ਉਹ ਵੀ ਫੈਲਿਆ ਹੋਇਆ ਸੀ। ਜਦੋਂ ਇਸ ਬਿਲਡਿੰਗ ਨੂੰ ਅਸੀਂ ਦੇਖਦੇ ਹਾਂ ਤਾਂ ਇਹਦੇ ਵਿੱਚ ਸਾਨੂੰ ਮੁਗਲੀਆ ਆਰਕੀਟੈਕਟ ਦੇ ਨਾਲ ਨਮੂਨੇ ਮਿਲਦੇ ਹਨ, ਬਲਕਿ ਇਹਦੇ ਨਾਲ ਨਾਲ ਸਾਨੂੰ ਯੂਰਪੀਅਨ ਸਟਾਈਲ ਵੀ ਇੱਥੇ ਵੇਖਣ ਨੂੰ ਮਿਲਦਾ ਹੈ। ਬਿਲਡਿੰਗ ਦੇ ਸ਼ਹਾਨਾ ਤਰਜ਼ੇ ਤਾਮੀਰ ਨੂੰ ਵੇਖੀਏ ਤਾਂ ਲੱਗਦਾ ਹੀ ਨਹੀਂ ਕਿ ਕਿਸੇ ਆਮ ਬਿਜ਼ਨਸਮੈਨ ਨੇ ਬਿਲਡਿੰਗ ਬਣਾਈ ਹੈ, ਬਲਕਿ ਇਹ ਬਿਲਡਿੰਗ ਕਿਸੇ ਪਾਰਲੀਮਾਨ ਵਾਸਤੇ ਬਣਾਈ ਗਈ ਹੈ, ਔਰ ਪਾਰਲੀਮਾਨ ਵੀ ਉਹ ਜਿਹੜਾ ਕਿਸੇ ਯੂਰਪ ਦੇ ਮੁਲਕ ਦਾ ਹੋਵੇ। ਹੋਇਆ ਕਿ ਇਹ ਬਿਲਡਿੰਗ ਬਣਾਉਣ ਵਾਲੇ 1930 ਦੇ ਵਿੱਚ ਇਹ ਮੁਕੰਮਲ ਕਰ ਪਾਏ, ਲੇਕਿਨ ਕੋਈ 17 ਸਾਲ ਹੀ ਇੱਥੇ ਇਸ ਆਲੀਸ਼ਾਨ ਮਹਿਲ ਦੇ ਵਿੱਚ ਇਹ ਰਹਿ ਪਾਏ। ਉਸ ਤੋਂ ਬਾਅਦ ਪਵਾੜੇ ਪਏ, ਪੰਜਾਬ ਅੰਦਰ ਪਏ ਪਵਾੜੇ, ਔਰ ਪੰਜਾਬ ਦੇ ਨਾਲ ਦੀ ਜਿਹੜੀ ਰਿਆਸਤ ਸੀ, ਜਿਹੜੀ ਹਮੇਸ਼ਾ ਜੋ ਪੰਜਾਬ ਦੇ ਅੰਦਰ ਹੁੰਦਾ ਸੀ, ਉੱਥੇ ਵੀ ਉਹੀ ਹੁੰਦਾ ਰਿਹਾ। ਜਿੱਥੇ ਜ਼ਿਆਦਾ ਆਬਾਦੀ ਪੰਜਾਬੀਆਂ ਦੀ ਸੀ, ਉਹਨਾਂ 'ਤੇ ਕਹਿਰ ਨਾਜ਼ਲ ਹੋਇਆ, ਔਰ ਇਹ ਲੋਕਾਂ ਨੂੰ ਇਹ ਹਵੇਲੀ, ਇਹ ਮਹਿਲ ਜਿਹੜਾ ਇਹਨਾਂ ਨੇ ਬਣਾਇਆ ਸੀ, ਉਹ ਛੱਡਣਾ ਪੈ ਗਿਆ। ਦੱਸਿਆ ਜਾਂਦਾ ਹੈ ਕਿ 1930 ਦੇ ਵਿੱਚ ਇਸ ਬਿਲਡਿੰਗ ਦੀ ਜਿਹੜੀ ਮਾਲੀਅਤ ਸੀ ਉਹ 25 ਲੱਖ ਤੋਂ ਜ਼ਿਆਦਾ ਸੀ। 1930 ਦਾ 25 ਲੱਖ, ਅੱਜ ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਇਹਦੀ ਮਾਲੀਅਤ ਕਿੰਨੀ ਹੋਏਗੀ। ਇਹ ਮਹਿਲ, ਇਹ ਘਰ 1947 ਦੇ ਪਵਾੜਿਆਂ ਦੇ ਵਿੱਚ ਅਗਰਵਾਲ ਫੈਮਿਲੀ ਨੂੰ ਛੱਡਣਾ ਪਿਆ। ਉਹ ਕਿੱਥੇ ਗਏ, ਉਹਦੀ ਅਸੀਂ ਬਾਲ ਕੀਤੀ ਅਤੇ ਸਾਨੂੰ ਪਤਾ ਚੱਲਿਆ ਕਿ ਉਹ ਅਬੋਹਰ ਇੰਡੀਆ ਚਲੇ ਗਏ। ਜੇ ਕੋਈ ਸਾਡਾ ਦੋਸਤ ਸੁਣਨ ਵਾਲਾ ਅਬੋਹਰ ਤੋਂ, ਇਸ ਫੈਮਿਲੀ ਤੋਂ, ਅਗਰਵਾਲ ਫੈਮਿਲੀ ਤੋਂ ਜੇ ਕੋਈ ਸੁਣ ਰਿਹਾ ਹੋਵੇ, ਇਹ ਵੀਡੀਓ ਵੇਖ ਰਿਹਾ ਹੋਵੇ,
ਅਤੇ ਸਾਡੇ ਨਾਲ ਉਹ ਰਾਬਤਾ ਵੀ ਕਰੇ ਔਰ ਆਪਣੇ ਵੱਡਿਆਂ ਦੀ ਅਕਾਲੀ ਸ਼ਾਨ ਜਿਹੜਾ ਮਹਿਲ ਹੈ ਉਸ ਨੂੰ ਵੀ ਦੇਖੇ ਔਰ ਇਹ ਵੀ ਦੱਸੇ ਕਿ ਅੱਜ ਉਹ ਅਗਰਵਾਲ ਫੈਮਿਲੀ ਜਿਹੜੀ ਹੈ ਕਿੱਥੇ ਹੈ, ਕਿਸ ਹਾਲ ਦੇ ਵਿੱਚ ਹੈ, ਜਿਹੜਾ ਮਿੰਚਨਾਬਾਦ ਨੂੰ ਇੱਕ ਐਸੀ ਆਲੀਸ਼ਾਨ ਬਿਲਡਿੰਗ ਦੇ ਗਿਆ ਜੋ ਇੱਕ ਸਦੀ ਪੂਰੀ ਹੋਣ ਦੇ ਨਾਲ ਵੀ ਅੱਜ ਉਸੇ ਤਰ੍ਹਾਂ ਉਂਝ ਹੀ ਸਾਨੂੰ ਨਜ਼ਰ ਆ ਰਹੀ ਹੈ। ਅਤੇ ਜਿਹੜੇ ਚਾਹਵਣ ਵਾਲੇ ਹਨ, ਇਸ ਦੇ ਆਰਕੀਟੈਕਟ ਨੂੰ ਵੇਖਣ ਵਾਲੇ ਹਨ, ਉਹ ਇਸ ਨੂੰ ਵੇਖਦੇ ਰਹਿਣਗੇ ਔਰ ਇਹ ਹਮੇਸ਼ਾ ਮਿੰਚਨਾਬਾਦ ਦਾ ਇੱਕ ਹਵਾਲਾ ਬਣੀ ਰਹੇਗੀ।